ਅਗੇ ਮੌਸਮ ਦੇ ਮિજાਜ ਜਾਣ ਲੈਨੇ ਆ ਮੌਸਮ ਦੇ ਮિજાਜ ਜਿਹੜੇ ਕਿ ਹੁਣ ਲੱਗ ਰਹੇ ਸੀਗੇ ਕਿ ਉਹਨਾਂ 'ਚ ਤਬਦੀਲੀ ਆ ਸਕਦੀ ਹੈ ਜਿਹੇ ਦੇ ਵਿੱਚ ਇਹ ਹਫਤਾ ਜਿਹੜਾ ਚੜਿਆ ਉਹ ਫਿਰ ਤੋਂ ਮੀਂਹ ਦੀ ਮਾਰ ਹੇਠ ਹੀ ਰਹੇਗਾ ਯਾਨੀ ਕਿ ਤੇਜ਼ ਮੀਂਹ ਪੈਂਦੀ ਮੌਸਮ ਵਿਗਿਆਨੀਆਂ ਨੇ ਜਾਣਕਾਰੀ ਦਿੱਤੀ ਹੈ ਮੌਸਮ ਵਿਗਿਆਨੀਆਂ ਦੇ ਮੁਤਾਬਕ ਲਗਾਤਾਰ ਲੌਰ ਮੈਂਡ ਮੇਨਲੈਂਡ ਤੇ ਹੋਰ ਆਲੇ ਦੁਆਲੇ ਦੇ ਜਿਹੜੇ ਇਲਾਕੇ ਨੇ ਉਹ ਮੀਂਹ ਉੱਥੇ ਕਾਫੀ ਪੈਂਦਾ ਰਹੇਗਾ ਅੱਜ ਸੋਮਵਾਰ ਨੂੰ ਵੀ ਜਿਹੜਾ ਹੈ ਕੱਲ ਰਾਤ ਤੋਂ ਲੈ ਕੇ ਕਾਫੀ ਜ਼ਿਆਦਾ ਮੀਂਹ ਜਿਹੜਾ ਦੇਖਿਆ ਗਿਆ ਐਨਵਾਇਰਨਮੈਂਟ ਕੈਨੇਡਾ ਦੇ ਮੁਤਾਬਕ ਗ੍ਰੇਟਰ ਵਿਕਟੋਰੀਆ ਪੂਰਬੀ ਕੁਬਰ ਆਇਲੈਂਡ ਤੇ ਲੋਅਰ ਮੇਨਲੈਂਡ ਦੇ ਨਿਵਾਸੀ ਹਫਤੇ ਦੀ ਸ਼ੁਰੂਆਤ ਮੀਂਹ ਦੇ ਨਾਲ ਕਰਨ ਦੀ ਉਮੀਦ ਕਰ ਸਕਦੇ ਨੇ ਮੌਸਮ ਏਜੰਸੀ ਸੋਮਵਾਰ ਨੂੰ ਦਿਨ ਭਰ 50 ਤੋਂ 70 ਮਿਲੀਮੀਟਰ ਮੀਂਹ ਦੀ ਭਵਿੱਖਬਾਣੀ ਕਰ ਚੁੱਕੀ ਹੈ ਸੋਕੇ ਤੇ ਪੋਰਟ ਰੈਨਫਰੋ ਨੂੰ ਛੱਡ ਕੇ ਜਿੱਥੇ 100 ਮਿਲੀਮੀਟਰ ਤੱਕ ਦਾ ਅਨੁਮਾਨ ਹੈ ਇਹ ਯਾਤਰੀਆਂ ਨੂੰ ਚੇਤਾਵਨੀ ਦੇ ਰਿਹਾ ਹੈ ਕਿ ਭਾਰੀ ਮੀਂਹ ਕਾਰਨ ਹੜ੍ਹਾਂ ਤੇ ਸੜਕਾਂ ਤੇ ਪਾਣੀ ਭਰ ਸਕਦਾ ਹੈ ਨੀਵੇਂ ਖੇਤਰਾਂ ਦੇ ਵਿੱਚ ਹੜ੍ਹ ਵਾਲੀ ਸਥਿਤੀ ਵੀ ਬਣ ਸਕਦੀ ਹੈ ਰਿਵਰ ਕ੍ਰੇਕਸ ਨਜ਼ਦੀਕ ਜਿਹੜੇ ਨੇ ਉਹ ਵਾਸ਼ਆਊਟ ਦਾ ਪੂਰਾ ਖਿਆਲ ਰੱਖਣਾ ਪਵੇਗਾ ਮੌਸਮ ਦੀਆਂ ਚੇਤਾਵਨੀਆਂ ਵਿਸ਼ੇਸ਼ ਮੌਸਮ ਬਿਆਨਾਂ ਨੇ ਸੋਮਵਾਰ ਨੂੰ ਦੱਖਣੀ ਬ੍ਰਿਟਿਸ਼ ਕੋਲੰਬੀਆ ਦੇ ਬਹੁਤ ਸਾਰੇ ਹਿੱਸੇ ਨੂੰ ਕਵਰ ਕੀਤਾ ਕਿਉਂਕਿ ਵਾਤਾਵਰਣ ਕੈਨੇਡਾ ਨੇ ਹੇਟਲੇ ਪਹਾੜੀ ਜਿਹੜੇ ਐ ਉਹ ਪਾਸਿਆਂ ਤੇ ਭਾਰੀ ਉਚਾਈਆਂ ਤੇ ਭਾਰੀ ਬਰਫਬਾਰੀ ਦੀ ਚੇਤਾਵਨੀ ਦਿੱਤੀ ਹੈ ਚੇਤਾਵਨੀ ਵਿੱਚ ਸਥਾਨਕ ਹਾੜਾਂ ਤੇ ਵਾਸ਼ਆਊਟ ਦਾ ਖਤਰਾ ਸ਼ਾਮਿਲ ਹੈ ਹਾਲਾਂਕਿ ਰਿਵਰ ਫੋਰਕਾਸਟ ਸੈਂਟਰ ਨੇ ਕਿਹਾ ਹੈ ਕਿ ਮਾਡਲ ਨੇ ਦਿਖਾਇਆ ਕਿ ਸਭ ਤੋਂ ਭਾਰੀ ਮੀਂਹ ਵਾਸ਼ਿੰਗਟਨ ਰਾਜ ਵਿੱਚ ਯਾਨੀ ਕਿ ਸਰਹੱਦ ਦੇ ਦੱਖਣ ਵਿੱਚ ਪਵੇਗਾ ਮੈਟਰੋ ਵੈਂਕੂਵਰ ਤੇ ਫ੍ਰੇਜ਼ਰ ਵੈਲੀ ਦੇ ਬਹੁਤੇ ਹਿੱਸੇ ਲਈ ਉੱਚ ਸਟ੍ਰੀਮ ਫਲੋ ਐਡਵਾਈਜ਼ਰੀਆਂ ਜਾਰੀ ਕੀਤੀਆਂ ਗਈਆਂ ਨੇ ਤੇ ਕੇਂਦਰ ਨੇ ਚੇਤਾਵਨੀ ਦਿੱਤੀ ਸੀ ਕਿ ਯੂ ਐਸ ਅਧਿਕਾਰੀ ਸੰਕੇਤ ਦੇ ਰਹੇ ਸਨ ਕਿ ਨਕਸੈਸ ਨਦੀ ਦੇ ਅਮਰੀਕੀ ਪਾਸੇ ਮਹੱਤਵਪੂਰਨ ਹਾੜ ਆਉਂਦੀ ਸਮਭাবਨਾ ਨਵੰਬਰ ਵਿੱਚ ਅਬਸਫੜ ਦੇ ਆਲੇ ਦੁਆਲੇ ਗੰਬੀਰ ਹੜ੍ਹਾਂ ਨਾਲ ਜੁੜਿਆ ਜਿਹੜਾ ਉਹ ਕਾਫੀ ਅਸੀ ਮਾਹੌਲ ਦੇਖਿਆ ਸੀ ਕਿ ਜਲ ਪ੍ਰਲੋਵ ਵਾਲਾ ਸੀਗਾ ਰਿਵਰ ਫੋਰਕਾਸਟ ਸੈਂਟਰ ਦਾ ਕਹਿਣਾ ਹੈ ਕਿ ਇਸ ਦੇ ਯੂਐਸ ਹਿੱਸੇਦਾਰਾਂ ਨੇ ਮੰਗਲਵਾਰ ਨੂੰ ਦਰਿਆਵਾਂ ਦੇ ਸਿਖਰ ਤੇ ਜਾਣ ਦੀ ਉਮੀਦ ਕੀਤੀ ਸੀ ਕਿ ਉਹ ਉੱਚ ਪੱਧਰ ਤੱਕ ਪਹੁੰਚਣਗੇ ਜੋ ਕੈਨੇਡਾ ਦੇ ਵਿੱਚ ਵਹਿ ਸਕਦੇ ਨੇ ਤੇ ਸੋਮਸ ਨਦੀ ਦੇ ਡਰੇਨੇਜ ਨੂੰ ਹਾਵੀ ਕਰ ਸਕਦੇ ਨੇ ਤੂਫਾਨ ਦੇ ਨਾਲ ਕਿਤਨੇ ਸਾਈਡ ਦੇ 50 ਸੈਂਟੀਮੀਟਰ ਤੱਕ ਬਰਫ਼ ਡਿੱਗਣ ਦੀ ਵੀ ਉਮੀਦ ਹੈ ਜਦੋਂ ਕਿ ਮੌਸਮ ਦਾ ਵਿਭਾਗ ਦਾ ਇਹ ਕਹਿਣਾ ਹੈ ਕਿ ਹੋਪ ਤੇ ਮੈਰਿਡ ਦੇ ਵਿਚਕਾਰ ਕਿਉਂਕਿ ਹਾਲਾ ਸਮੇਤ ਹਾਈਵੇ ਦੀਆਂ ਨੀਵੀਆਂ ਉਚਾਈਆਂ ਤੇ ਮੀਂਹ ਦੇ ਵਿੱਚ ਜਿਹੜਾ ਉਹ ਬਦਲ ਦੇਖਿਆ ਜਾ ਸਕਦਾ ਹੈ ਵਾਤਾਵਰਣ ਕੈਨੇਡਾ ਨੇ ਦੱਖਣ ਪੂਰਬੀ ਬੀਸੀ ਦੇ ਵਿੱਚ ਹਾਈਵੇ 3 ਪਾਗਾਂ ਦੇ ਨਾਲ ਯਾਤਰਾ ਬਾਰੇ ਕਿਹਾ ਹੈ ਕਿ ਹਾਲਾਤਾਂ ਵਿੱਚ ਸੁਧਾਰ ਹੋਣ ਤੱਕ ਗੈਰ ਜ਼ਰੂਰੀ ਜਿਹੜੀ ਯਾਤਰਾ ਹੈ ਉਹਨੂੰ ਮੁਲਤਵੀ ਕਰਨ ਬਾਰੇ ਵਿਚਾਰ ਕਰੋ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ